ਮੈਂ ਬਿੱਕਰ ਸਿੰਘ ਸਰਪੰਚ ਦੀਵਾ ਗੰਢੂਆਂ ਬਲਾਕ ਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਸਰਪੰਚ ਸੀ। ਇਹਨਾਂ ਨੇ ਮੇਰੇ ਝੂਠੀ ਰਿਕਵਰੀ ਪਾਤੀ ਜੀ ਮਿੱਟੀ ਦੀ ਟੋਭੇ ਦੀ ਪਾ ਕੇ ਜੀ ਇਹਨਾਂ ਨੇ ਮੈਨੂੰ ਨੋਟ ਆਏ ਦੀ ਪਤਾ ਲੱਗਿਆ ਵੀ ਤੇਰੇ 'ਤੇ ਪੈਸੇ ਪੈ ਗਏ। ਉਹ ਪੈਸੇ ਤੋਂ ਬਾਅਦ ਮੈਂ ਹਾਈਕੋਰਟ ਦਾ ਕੇਸ ਲਾਇਆ, ਹਾਈਕੋਰਟ ਦੇ ਪਹਿਲਾਂ ਡਾਇਰੈਕਟਰ ਸਾਹਿਬ ਦੇ ਲਾਇਆ, ਡਾਇਰੈਕਟਰ ਸਾਹਿਬ ਨੇ ਸਾਡੇ ਵਿਰੁੱਧ ਕਰਤਾ, ਉਦੋਂ ਬਾਅਦ ਜੀ ਅਸੀਂ ਹਾਈਕੋਰਟ ਲਾਤਾ। ਹਾਈਕੋਰਟ 'ਚ ਅਪੀਲ ਵੀ ਹੁੰਦੀ ਹੈ 45 ਦਿਨ ਦੀ, ਇਹ 45-25 ਦਿਨ 'ਚ ਸਾਡੇ ਆ ਕੇ ਰਿਕਵਰੀ ਕਰਨ ਲੱਗ ਗਏ, ਸਾਡੇ ਫਰਦੇ ਨੋਟ ਚੜਾਤਾ 38,55,072 ਰੁਪਏ ਦਾ। ਇਹਨਾਂ ਜੀ ਕੱਲ੍ਹ 18 ਤਰੀਕ ਨੂੰ ਸਾਡੇ ਬੋਲੀ ਕਰਨ ਗਏ, ਅਸੀਂ ਉਹ ਤਹਿਸੀਲਦਾਰ ਸਾਹਿਬ ਨੂੰ ਦੱਸਿਆ ਵੀ ਸਾਡਾ ਜੀ ਕੇਸ ਚੱਲਦਾ, ਉਹ ਮੁੜੇ ਆਏ। ਇਹਨਾਂ ਨੇ ਜੀ ਉਹ ਤਹਿਸੀਲਦਾਰ ਛੁੱਟੀ 'ਤੇ ਭੇਜ ਕੇ ਮੰਡੀ ਗੋਬਿੰਦਗੜ੍ਹ ਤੋਂ ਤਹਿਸੀਲਦਾਰ ਨਾਇਬ ਤਹਿਸੀਲਦਾਰ ਲਿਆਂਦਾ, ਉਹ ਰਾਤ ਲਿਆ ਕੇ ਸਾਡੇ ਸੱਤ ਵਜੇ ਦੇ ਗੇੜ ਉਹ ਵੀਡੀਓ ਦਫ਼ਤਰ ਬੋਲੀ ਕਰਨ ਲੱਗ ਗਏ ਜੀ। ਸਾਨੂੰ ਅੰਦਰ ਬਣ ਦਿੱਤਾ, DSP ਸਾਹਿਬ ਬੈਠੇ ਸੀ, SHO, ਬਹੁਤ ਭਾਰੀ ਫੋਰਸ ਦੀ, ਕੁੰਡਾ ਲਾ ਲਿਆ ਸਾਨੂੰ ਗੇਟ ਬਾਹਰੋਂ ਵੀ ਅੰਦਰ ਨਹੀਂ ਤੁਸੀਂ ਵੜਨਾ, ਜੇ ਅੰਦਰ ਵੜੇਗਾ ਜੁੱਤੀਆਂ ਮਾਰਾਂਗੇ। ਪਹਿਲਾਂ ਅਸੀਂ ਅੰਦਰ ਵੜ ਗਏ, ਸਾਨੂੰ ਧੱਕਿਆਂ ਨਾਲ ਬਾਹਰ ਮਾਰਿਆ, ਸਾਡੇ ਮੈਲ ਖੋਲ੍ਹੇ। ਉੱਥੇ ਜੀ ਪੱਤਰਕਾਰ ਭਰਾ ਵੀ ਆਏ ਅਤੇ ਉਹਨਾਂ ਨਾਲ ਵੀ ਇਹਨਾਂ ਨੇ ਬਲਸੋਕੀ ਕਰੀ। ਇਹ ਜੀ ਸਾਡੇ ਨਾਲ ਬਹੁਤ ਧੱਕਾ ਹੋਇਆ ਜੀ, ਨਜਾਇਜ਼ ਕਰਿਆ ਜੀ ਇਹਨੇ, ਰਾਤ ਦਾ ਪਤਾ ਨਹੀਂ ਬੋਲੀ ਹੋਈ ਹੈ ਕਿ ਨਹੀਂ ਹੋਈ, ਸੂਤਰਾਂ ਨੂੰ ਪਤਾ ਲੱਗਦਾ ਬੋਲੀ ਹੋਈ ਹੈ। ਜਿਹੜਾ ਤੁਸੀਂ ਲੋਨ ਦੀ ਗੱਲ ਕੀਤੀ ਕਿ ਤੁਹਾਡੀ ਫਰਦ ਦੇ ਲੋਨ ਚੜਾਤਾ, ਉਹ ਲੋਨ ਤੁਸੀਂ ਲਿਆ ਹੋਇਆ ਸੀ? ਨਹੀਂ ਨਹੀਂ, ਉਹ ਇਹਨੇ ਰਿਕਵਰੀ ਦਾ ਚੜਾਇਆ ਜੀ ਪੰਚਾਇਤ ਵੱਲੋਂ। ਕਾਹਦੀ ਰਿਕਵਰੀ? ਇਹ ਟੋਭੇ ਦੀ ਰਿਕਵਰੀ ਮਿੱਟੀ ਦੀ ਜੀ। ਇਹ ਕਹਿੰਦੇ ਵੀ ਤੁਹਾਡੀ ਮਿੱਟੀ ਤੁਸੀਂ ਕੱਢ ਕੇ ਟੋਭੇ 'ਚੋਂ ਵੇਚੀ ਹੈ, ਬਿਲਕੁਲ ਝੂਠ ਆ ਜੀ। ਅਸੀਂ ਕੋਈ ਨਹੀਂ ਵੇਚੀ। ਇਹ ਆਪਣੇ ਉਹ ਕਹਿੰਦੇ ਜੀ ਆਪਣੇ ਜੇਈ ਸਾਹਿਬ, ਇੱਕ ਆਪਣੇ ਉੱਥੇ ਫਤਿਹਗੜ੍ਹ ਸਾਹਿਬ ਤੋਂ ਜੀ SDO। ਅਸੀਂ ਮਿੱਟੀ ਕੱਢੀ ਹੈ, ਸਾਨੂੰ ਗ੍ਰਾਂਟ ਮਿਲੀ ਸੀ 3.5 ਲੱਖ ਰੁਪਇਆ, ਉਹਦੀ 630 ਟਰਾਲੀਆਂ ਕੱਢੀਆਂ ਸੀ, 630 ਪਾਈਆਂ, ਪਾਰਕ ਬਣਾਇਆ, ਗਰਾਊਂਡ ਬਣਾਇਆ, ਬੀਹੀਆਂ ਬਣਾਈਆਂ, ਮੜੀਆਂ ਬਣਾਈਆਂ, ਉਹਨਾਂ 'ਚ ਮਿੱਟੀ ਪਾਈ ਹੈ ਬਕਾਇਦਾ। ਇਹ ਸਾਡੀਆਂ 2 ਜਗ੍ਹਾ ਮਿਣ ਕੇ ਲੈ ਗਿਆ ਜੀ, ਉਹ 2 ਜਗ੍ਹਾ 'ਚ ਪਾਇਆ, 2 ਜਗ੍ਹਾ ਸਾਡੀ ਮਿਣੀਆਂ ਨਹੀਂ। ਉਹ ਅਸੀਂ ਪੂਰੀ ਮਿੱਟੀ ਸਹੀ ਕੱਢੀ ਹੈ ਜੀ, ਕੋਈ ਅਸੀਂ ਗਲਤ ਨਹੀਂ ਕੱਢਿਆ, ਕਿਸੇ ਅਸੀਂ ਵੇਚਿਆ ਨਹੀਂ। ਜਿਹੜੇ ਬੰਦੇ ਨੂੰ ਇਹਨੇ ਕਹਿੰਦੀ ਮਿੱਟੀ ਵੇਚੀ ਹੈ, ਉਹਨਾਂ ਨੇ ਸਾਨੂੰ ਐਫੀਡੇਵਿਟ ਦਿੱਤੀ, ਇਹ ਸਾਡੇ ਜਮੀ ਬੇਨਸਾਬੀ ਹੋਈ ਹੈ। ਤੁਹਾਡਾ ਕੋਰਟ 'ਚ ਕਈ ਚੱਲਦਾ ਜੀ? ਹਾਈਕੋਰਟ ਚੱਲਦਾ ਜੀ ਸਾਡਾ, ਆ 20 ਤਰੀਕ ਦੀ ਜੀ, ਹੁਣ 24 ਹੈ, 24 ਤਰੀਕ ਇਹਨਾਂ ਨੂੰ ਰਿਕਾਰਡ ਮੰਗਾਇਆ ਜੀ। ਕੀ ਲੱਗਦਾ ਤੁਹਾਨੂੰ ਕਿਉਂ ਕੀਤਾ ਗਿਆ? ਇਹ ਜੀ ਗੈਰੀ ਬਿੜਿੰਗ ਆਮ ਪਾਰਟੀ ਦਾ MLA ਹੈ, ਸਾਡੇ ਵਿਰੁੱਧ ਹੈ, ਅਸੀਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਾਂ, ਇਹਦੇ ਕਰਕੇ ਸਾਨੂੰ ਇਹ ਬਹੁਤ ਉਹ ਕਰਨਾ ਚਾਹੁੰਦਾ। ਪਹਿਲਾਂ 452 ਦਾ ਮੇਰੇ 'ਤੇ ਪਰਚਾ ਹੀ ਪਾਇਆ ਨੇ, 2 ਦਿਨ ਮੈਂ ਜੇਲ੍ਹ ਵੀ ਲਾ ਕੇ ਆਇਆ 22 'ਚ। ਇਹ ਬਹੁਤ ਧੱਕਾ ਕਰਿਆ ਜੀ ਇਹਨੇ, 20/6/22 ਉਹ ਸਾਡੇ ਮੇਰੇ 'ਤੇ ਪਰਚਾ ਵੀ ਕਰਾਇਆ 452, ਜਮ੍ਹਾਂ ਝੂਠਾ ਕਰਾਇਆ ਜੀ ਉਹ। ਉਦੋਂ ਬਾਅਦ ਆ ਮਿੱਟੀ ਦਾ ਝੂਠਾ ਕਰਤਾ ਜੀ। ਹੁਣ ਮਿੱਟੀ ਤੋਂ ਬਾਅਦ ਹੁਣ ਰਾਤ ਜ਼ਬਰਦਸਤੀ ਉੱਥੋਂ ਆਪਣੇ ਗੋਬਿੰਦਗੜ੍ਹ ਵਾਲੇ ਨੂੰ ਲਿਆ ਕੇ ਸਵੇਰੇ ਚਾਰਜ ਦੇ ਕੇ ਉਹ ਤੋਂ ਸਾਡੀ ਬੋਲੀ ਕਰਾਈ ਰਾਤ ਨੂੰ 7:30 ਵਜੇ। ਬੋਲੀ ਕਿੰਨੇ ਵਜੇ ਲਾਈ? ਕੋਈ ਇਹਨਾਂ ਨੇ ਨੋਟਿਸ ਨਹੀਂ ਭੇਜਿਆ? 6:30 ਕਿੰਨੇ ਵਜੇ ਤੁਹਾਨੂੰ ਨੋਟਿਸ ਆਇਆ ਇਹਦਾ? ਬੋਲੀ ਨੋਟ 6:30 ਵਜੇ ਇੱਕ ਦਰਵਾਜੇ ਲਾਉਣ ਆਇਆ ਬੰਦਾ 20 ਤਰੀਕ ਨੂੰ, ਇਹ ਉਹ ਉੱਥੋਂ ਲਾ ਕੇ ਤਾਂ ਲਾ ਕੇ ਭੱਜ ਗਿਆ। ਕਿੰਨੇ ਵਜੇ ਦਾ ਨੋਟਿਸ? ਨੋਟ 4:30 ਦਾ, ਸ਼ਾਮ ਦਾ 4:30 ਵਜੇ ਵੀ ਤੁਹਾਡੀ ਬੋਲੀ ਹੋਣੀ ਆ। ਅਸੀਂ 4:30 ਵਜੇ ਉੱਥੇ ਬੈਠੇ ਡੀਕਦੇ ਵੀ ਚੱਲ ਉਰੇ ਆਉਣਗੇ ਆਪਣੀ ਸਾਂਝੀ ਜਗ੍ਹਾ ਤੇ, ਉੱਥੇ ਕੋਈ ਨਹੀਂ ਪਹੁੰਚਿਆ। ਜਦ ਸਾਨੂੰ ਪਤਾ ਲੱਗਿਆ ਤਾਂ ਵੀਡੀਓ ਦਫ਼ਤਰ ਬੈਠੇ ਨੇ, ਅਸੀਂ ਵੀਡੀਓ ਦਫ਼ਤਰ ਆ ਗਏ, ਵੀਡੀਓ ਦਫ਼ਤਰ ਅਸੀਂ ਅੰਦਰ ਵਗ ਕੇ ਮੇਰਾ ਬੇਟਾ ਸਾਨੂੰ ਧੱਕਾ ਮਾਰ ਕੇ ਬਾਹਰ ਕੱਢਤਾ, ਨਾਲ ਸਾਡੇ ਪੱਤਰਕਾਰ ਵੀਰ ਸੀ ਉਹਨਾਂ ਨੂੰ ਵੀ ਕੱਢਤਾ, ਕੱਢਿਆ ਇਹਨਾਂ ਨੇ ਗੇਟ ਲਾਤਾ। ਇਹ DSP ਦੀ ਮੂਵੀ ਹੈ ਸਾਡੇ ਕੋਲ, ਉਹ ਕਹਿੰਦਾ ਵੀ ਇੱਥੇ ਕੋਈ ਤਹਿਸੀਲਦਾਰ ਨਹੀਂ ਹੈਗਾ। ਅਸੀਂ ਕਿਹਾ ਜੀ ਤਹਿਸੀਲਦਾਰ ਨਹੀਂ ਹੈਗਾ ਫਿਰ ਤੁਸੀਂ ਇੱਥੇ ਕੀ ਕਰਦੇ ਹੋ? ਕਹਿੰਦੇ ਤਹਿਸੀਲਦਾਰ ਨੇ ਸਾਡੀ ਪੁਲਿਸ ਮਦਦ ਸਾਥੋਂ ਲਈ ਹੈ। ਮੈਂ ਫਿਰ ਤੁਸੀਂ ਕੀ ਕਰਦੇ ਹੋ? ਤਹਿਸੀਲਦਾਰ ਹੀ ਨਹੀਂ ਉਰੇਗਾ, ਤੁਸੀਂ ਵੀ ਜਾਓ। ਕਹਿੰਦੇ ਨਹੀਂ ਅਸੀਂ ਨਹੀਂ ਜਾ ਸਕਦੇ, ਤੁਹਾਨੂੰ ਅੰਦਰ ਨਹੀਂ ਵੜਨ ਦੇਣਾ, ਜੇ ਅੰਦਰ ਵੜੇਗਾ ਡਾਂਗਾ ਮਾਰਾਂਗੇ। ਇਹ ਸਾਡੇ ਕੋਲ ਰਿਕਾਰਡਿੰਗ ਵੀ ਉਹਦੇ ਮੂਵੀ ਹੈਗੀ। ਰਿਕਵਰੀ ਦੀ ਗੱਲ ਕਰਦੇ ਸੀ, ਉਹ ਰਿਕਵਰੀ ਕਿੱਥੋਂ ਕਰ ਰਹੇ ਨੇ? ਇਹ ਜ਼ਮੀਨ ਤੋਂ ਜੀ, ਮੇਰੀ ਜ਼ਮੀਨ ਤੋਂ 9 ਕਨਾਲ 6 ਮਰਲੇ ਜਗ੍ਹਾ ਜੀ। ਹਾਂ ਉਹਦੀ ਬੋਲੀ ਕਰ ਰਹੇ ਨੇ।
ਉਹ ਕਿੰਨੇ ਦੀ ਵੈਸੇ ਹੁਣ ਕੀਮਤ ਕਿੰਨੀ ਹੈ? ਕੀਮਤ ਹੈ ਜੀ ਉਹ 60-70 ਹਜ਼ਾਰ ਦੀ ਹੈਗੀ, 60-70 ਲੱਖ ਦੀ। ਤੇ ਹੁਣ ਇਹ 38 ਲੱਖ ਦੀ ਸਾਰੀ ਉਹਨਾਂ ਨੇ ਉਹ ਤੋਂ ਰਿਕਵਰੀ ਕਰ ਰਹੇ ਨੇ? ਸਾਰੀ ਪਤਾ ਨਹੀਂ ਸਾਰੀ ਕਰ ਰਹੇ ਨੇ ਕੀ ਕਰ ਰਹੇ ਸਾਨੂੰ ਪਤਾ ਨਹੀਂ, ਘੱਟ ਕਰ ਰਹੇ ਨੇ ਕਿ ਵੱਧ ਕਰ ਰਹੇ ਨੇ, ਇਹ ਅਜੇ ਕੋਈ ਸਾਨੂੰ ਜਾਣਕਾਰੀ ਨਹੀਂ। ਸਾਨੂੰ ਅੰਦਰ ਹੀ ਨਹੀਂ ਬਣ ਦਿੱਤਾ, ਸਾਨੂੰ ਜਮੇ ਅੰਦਰ ਨਹੀਂ ਬਣ ਦਿੱਤਾ ਜੀ ਉਹਨਾਂ ਨੇ। ਜਿਹੜੇ ਜਿਹੜੇ ਹੁਣ ਉਹਨਾਂ ਨੇ ਤੁਹਾਡੇ ਤੇ ਕਾਰਵਾਈ ਰਿਕਵਰੀ ਪਾਈ ਹੈ ਤੁਹਾਡੇ ਤੇ, ਸੱਚੀ ਹੈ ਜਾਂ ਝੂਠੀ ਆ? ਜਮੇ ਝੂਠੀ ਆ ਜੀ, ਸਾਨੂੰ ਕੋਈ ਨੋਟ ਨਹੀਂ ਦਿੱਤਾ, ਨਾ ਸਾਨੂੰ ਸਾਡੇ ਕੋਲ ਕੋਈ ਮਿਣਤੀ ਕਰਨ ਆਇਆ, ਉੱਥੇ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਤੋਂ ਵੀ ਨੋਟ ਕਢਾ ਲਓ, ਲਿਓ ਵੀਡੀਓ ਦਫ਼ਤਰ ਬੁਲਾ ਲਓ, ਜੇ ਇੱਕ ਨੋਟ ਤੇ ਮੇਰੇ ਸਾਈਨ ਕਰੇ ਹੋਣ ਜਾਂ ਮੇਰੇ ਘਰੇ ਗਏ ਹੋਣ। ਇੱਥੇ ਆਪਦਾ ਕਰਕੇ ਜਿਹੜਾ ਇਹਨਾਂ ਦਾ ਪਾਣੀ ਪੂਣੀ ਪਿਲਾਉਂਦਾ ਉਹ ਤੋਂ ਹੀ ਲਿਖਾ ਦਿੰਦੇ ਨੇ ਵੀ ਘਰੇ ਨਹੀਂ ਮਿਲਿਆ। ਇਸ ਸੰਬੰਧ ਚ ਕਿਸੇ ਦੇ ਤੁਸੀਂ ਉੱਚ ਅਧਿਕਾਰੀ ਮਿਲੇ, ਡੀਸੀ ਜਾਂ ਕਿਸੇ? ਅਸੀਂ ਡੀਸੀ ਸਾਹਿਬ ਨੂੰ ਵੀ ਦੇ ਕੇ ਆਏ ਜੀ, ਸਾਡੇ ਕੋਲ ਨਾ ਪਈ ਹੈ ਜੀ। ਕਦੋਂ ਨਾਲ ਬਦਲ ਦਿੱਤਾ? ਉਹ ਜੇ 18 ਨੂੰ ਦੇ ਕੇ ਆਏ ਜੀ ਮੈਂ, 18 ਸਤੰਬਰ ਨੂੰ। 18 ਹੁਣੇ ਜੀ? ਹਾਂ। ਕੀ ਕਹਿ ਰਹੇ, ਕੀ ਕਹਿ ਰਹੇ? ਉਹ ਕਹਿੰਦੇ ਜੀ ਮੈਂ ਦੇਖ ਕੇ ਕਰਦੀ ਹਾਂ ਤੁਹਾਡਾ ਗੱਲ, ਉਹਨੇ ਵੀ ਕੁਛ ਨਹੀਂ ਜੀ ਕਰਿਆ। ਅਸੀਂ ਉਹਨਾਂ ਨੂੰ ਕਿਹਾ ਵੀ ਪੁਲਿਸ ਮਦਦ ਨਾ ਦਿਓ ਇਹਨਾਂ ਨੂੰ, ਵੀ ਇਹ ਨਜਾਇਜ਼ ਕਰਦੇ ਨੇ। ਕੀ ਜਿਹੜੀ ਕੀ ਦਰਖਾਸਤ ਲਿਖਿਆ ਸੀ ਉਹ ਦਰਖਾਸਤ ਅੱਲਾ ਕਰਿਆ ਸੀ ਵੀ ਸਾਨੂੰ ਇਹਨਾਂ ਦੇ ਸ਼ੱਕ ਹੈ ਵੀ ਇਹ ਬੋਲੀ ਪਰੇ ਬੈਠ ਕੇ ਕਿਤੇ ਕਰਨਗੇ, ਵੀ ਨਾਲੇ ਨਜਾਇਜ਼ ਕਰਦੇ ਨੇ ਸਾਡੀ। ਅਜੇ ਇੱਥੇ ਹਾਈ ਕੋਰਟ ਕੇਸ ਚੱਲਦਾ, ਵੀ ਹਾਈ ਕੋਰਟ 'ਚ ਕੇਸ ਚੱਲਣ ਦੇ ਬਾਵਜੂਦ ਵੀ ਸਾਡੇ 'ਤੇ ਉਹ ਕਰ ਰਹੇ ਨੇ। 45 ਦਿਨ ਦਾ ਉੱਥੇ ਪ੍ਰੈਸ ਹੁੰਦਾ, ਇਹਨੇ 20 ਦਿਨ 'ਚ ਸਾਡੇ ਦਾਲੇ ਫੇਰੂਗੇ ਜੀ। ਹੁਣ ਤੁਸੀਂ ਮੰਗ ਕੀ ਕਰਦੇ? ਅਸੀਂ ਮੰਗ ਕਰਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਇਹ ਸਾਡੇ ਨਾਲ ਧੱਕਾ ਕਿਉਂ ਹੋਇਆ? ਜੇ ਸਾਡਾ ਹਾਈ ਕੋਰਟ ਸਾਡੇ ਵਿਰੁੱਧ ਹੋ ਜੂ, ਅਸੀਂ ਜੋ ਕੁਝ ਹੋਊਗਾ ਅਸੀਂ ਭਰਾਂਗੇ, ਭਰਨ ਨੂੰ ਤਿਆਰ ਬੈਠੇ ਹਾਂ। ਅਸੀਂ ਇਹ ਤਾਂ ਨਹੀਂ ਕਹਿੰਦੇ ਨਹੀਂ ਭਰਨਾ, ਹਾਈ ਕੋਰਟ ਸਾਹਿਬ ਸਾਡੇ ਨਹੀਂ ਸੁਣਨਗੇ, ਜੱਜ ਸਾਹਿਬ ਨੇ, ਅਸੀਂ ਫਿਰ ਭਰ ਦਾਂਗੇ। ਅਦਾਲਤ ਦਾ ਜੋ ਹੋਊਗਾ ਫੈਸਲਾ, ਫੈਸਲਾ ਹੋਊਗਾ ਉਹਦੇ ਅਸੀਂ ਮੰਨਾਂਗੇ। ਉਹ ਬਜ਼ੁਰਗ ਢਿੱਲਾ ਪਿਆ, ਜੋ ਵੀ ਸਾਨੂੰ ਨਵਾਂ ਨੁਕਸਾਨ ਹੁੰਦਾ ਇਹ ਗੈਰੀ ਬਿਡਿੰਗ ਕਰ ਰਹੇ ਜੀ, ਜੋ ਸਾਡੇ ਪਿੰਡ ਦੇ ਨੇ ਲੱਖਾ ਸਿੰਘ, ਸਰਚੈਨ, ਅੰਮ੍ਰਿਤ, ਹਰਿੰਦਰ, ਇਹ ਬੰਦੇ ਸਾਨੂੰ ਬਹੁਤ ਤੰਗ ਕਰਦੇ ਨੇ ਜੀ, ਸਾਨੂੰ ਪਿੰਡ 'ਚੋਂ ਲੱਖਣ ਵੀ ਨਹੀਂ ਦਿੰਦੇ, ਇੰਨਾ ਹੀ ਸਾਨੂੰ ਘੇਰਦੇ ਵੀ ਨੇ, ਸਾਡੇ ਮੂਹਰੇ ਗੱਡੀ ਵੀ ਲਾਉਂਦੇ ਨੇ, 2-4 ਵਾਰ ਸਾਡੇ ਗੱਡੀ ਵੀ ਲਾਈ ਆ ਜੀ, ਚਲੋ ਫਿਰ ਵੀ ਪਰੇ ਹੋ ਕੇ ਲੰਘ ਗਏ ਵੀ ਅਸੀਂ ਦਰਖਾਸਤ ਵੀ ਕੋਈ ਪੁਲਿਸ ਵਾਲਾ ਸੁਣਦਾ ਨਹੀਂ ਜੀ। ਇਹ ਤਾਂ ਰਾਤ ਡਿਊਟੀ ਸਾਹਿਬ ਨੇ ਸਾਨੂੰ ਧੱਕੇ ਮਾਰ ਮਾਰ ਬਾਹਰ ਕੱਢਿਆ, ਸਾਡੇ ਕੋਲ ਵੀਡੀਓ ਵੀ ਹੈ, ਜੋ ਵੀ ਸਾਡਾ ਕੋਈ ਨਵਾਂ ਨੁਕਸਾਨ ਹੋ, ਸਾਡਾ ਬਜ਼ੁਰਗ ਢਿੱਲਾ ਪਿਆ, ਜੇ ਉਹਨੂੰ ਕੋਈ ਗੱਲ ਹੁੰਦੀ ਹੈ ਟੈਨਸ਼ਨ 'ਚ ਤਾਂ ਇਹ ਗੈਰੀ ਬਿਡਿੰਗ ਕਰਾ ਦੇ। ਟੋਬੇ ਦਾ ਮਾਮਲਾ ਪਾਇਆ ਹੈ ਇਹਨਾਂ ਦਾ, ਜਦੋਂ ਦੇ MLA ਸਾਹਿਬ ਬਣੇ ਨੇ ਉਦੋਂ ਦੇ ਸਾਨੂੰ ਬਹੁਤ ਤੰਗ ਕਰ ਰਹੇ ਨੇ, ਸਾਡਾ ਇਹਨਾਂ ਦਾ ਜੀਣਾ ਮੁਸ਼ਕਲ ਕਰਿਆ ਪਿਆ, ਨਾ ਸਾਨੂੰ ਸਵੇਰੇ ਰੋਟੀ ਨਾ ਸ਼ਾਮ ਰੋਟੀ, ਸਾਨੂੰ ਬਹੁਤ ਦੁਖੀ ਕਰ ਰੱਖਿਆ। ਪਹਿਲਾਂ ਪਿੰਡ ਲੈ ਗਏ, ਉੱਥੇ ਬੋਲੀ ਕਰਾਉਣ ਲੱਗ ਗਏ, ਉੱਥੇ ਤਹਿਸੀਲਦਾਰ ਨੇ ਬੋਲੀ ਨਹੀਂ ਕਰੀ, ਉਹ ਆ ਗਏ, ਉਹ ਕਹਿੰਦੇ ਕਾਨੂੰਨ ਤੋਂ ਬਾਹਰ ਕਰਾ ਰਹੇ ਹੋ ਤੁਸੀਂ ਬੋਲੀ, ਵੀ ਮੈਨੂੰ ਉੱਪਰੋਂ ਪ੍ਰੈਸ਼ਰ ਬਹੁਤ ਜ਼ਿਆਦਾ ਪੈ ਰਿਹਾ ਵੀ ਮੈਂ ਉਹਦੇ ਕਰਕੇ ਬੋਲੀ ਕਰ ਰਿਹਾ। ਉਹ ਚਲੋ ਉਹਨਾਂ ਨੇ ਸਾਡੀ ਸੁਣੀ, ਉਹ ਆ ਗਏ। ਦੂਜੇ ਦਿਨ ਇਹਨਾਂ ਨੇ 4 ਵਜੇ ਨੋਟਿਸ ਲਾ ਕੇ, ਜਦੇ ਲਾਤਾ ਕੰਧ ਨੂੰ ਲਾ ਕੇ, ਜਦੇ ਲਾ ਕੇ ਲਿਆ ਕੇ ਘਰ ਲਿਆ ਕੇ ਆ ਕੇ ਮਲੋਹ ਨੂੰ ਬੋਲੀ ਕਰਨ ਆ ਗਏ, ਉੱਥੇ ਕੁੰਡੇ ਲਾ ਕੇ ਇਹਨਾਂ ਨੇ, ਤਿੰਨ ਸਾਨੂੰ ਪਤਾ ਵੀ ਨਹੀਂ ਬੋਲੀ ਦਾ, ਆ ਕੇ ਤਿੰਨ ਜਣੇ ਆਪਦੇ ਅੰਦਰ ਵਾੜ ਕੇ ਇਹਨਾਂ ਨੇ ਆਪੇ ਬੋਲੀ ਕਰਾਤੀ। ਜਦੋਂ ਅਸੀਂ ਜ਼ਮੀਨ ਦੇ ਮਾਲਕ ਹਾਂ, ਸਾਨੂੰ ਵੀ ਪਤਾ ਹੋਣਾ ਚਾਹੀਦਾ ਵੀ ਬੋਲੀ ਹੋ ਰਹੀ ਆ, ਅਸੀਂ ਵੀ ਦੇ ਸਕਦੇ ਹਾਂ ਬੋਲੀ, ਸਾਨੂੰ ਇਹਨਾਂ ਨੇ ਕਿਉਂ ਨਹੀਂ ਪੁੱਛਿਆ? ਸਾਨੂੰ ਪੁੱਛਣ ਦਾ ਫਰਜ਼ ਬਣਦਾ ਸੀ। ਸਾਨੂੰ MLA ਨੇ ਬਹੁਤ ਪਹਿਲਾਂ ਤੰਗ ਕਰਿਆ ਵੀ ਤੁਸੀਂ ਸਾਡੀ ਪਾਰਟੀ ਦੇ ਵਿੱਚ ਆਓ, ਅਸੀਂ ਉਹ ਗੱਲ ਮੰਨੇ ਨਹੀਂ ਇਹਨਾਂ ਦੀ, ਕਦੇ ਕਿਸੇ ਸੰਗਾਰੇ ਕੋ ਸੁਨਿਆ, ਕਦੇ ਕਿਸੇ ਕੋ, ਕਦੇ ਕਿਸੇ ਕੋ, ਇਹਨਾਂ ਨੇ ਬਹੁਤ ਤੰਗ ਕਰਿਆ। ਫਿਰ ਇਹਨਾਂ ਦੀ ਨਾ ਬਾਹ ਚੱਲੀ, ਫਿਰ ਸਾਨੂੰ ਇਹਨਾਂ ਨੇ ਇੱਥੇ ਤੱਕ ਪਹੁੰਚਾਤਾ। ਸਾਡੇ ਜਿਹੜੇ ਬਜ਼ੁਰਗ ਨੇ ਉਹ ਬਹੁਤ ਰਾਤ ਦੇ ਟੈਨਸ਼ਨ 'ਚ ਨੇ, ਉਹਨਾਂ ਰੋਟੀ ਨਹੀਂ ਖਾਧੀ, ਜੇ ਉਹਨਾਂ 'ਤੇ ਕੋਈ ਗੱਲਬਾਤ ਹੁੰਦੀ ਆ ਉਹ MLA ਦੇ ਸਿਰ ਆਉਂਦੀ ਆ ਸਾਰੀ ਗੱਲ। ਦੋਸ਼ ਲਾਏ ਗਏ ਨੇ ਸਾਰੇ ਝੂਠੇ ਨੇ, ਬੇਬੁਨਿਆਦ ਨੇ, ਅਤੇ ਕਿਸੇ ਆਮ ਆਦਮੀ ਪਾਰਟੀ ਦਾ, ਕਿਸੇ ਸਿਆਸੀ ਨੇਤਾ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਜੀ। ਸਾਡੇ ਵੱਲੋਂ ਇਹ ਐਪਲੀਕੇਸ਼ਨ ਦਿੱਤੀ ਗਈ ਸੀ, ਸਾਡੇ ਪਿੰਡ ਦਾ ਟੋਭਾ 35 ਫੁੱਟ ਥੱਲੇ ਤੱਕ ਪੱਟਿਆ ਗਿਆ, ਵੱਡੇ ਲੈਵਲ 'ਤੇ ਮਾਈਨਿੰਗ ਹੋਈ ਆ, ਰੇਤਾ ਵੇਚਿਆ ਗਿਆ ਜੀ, ਉਹਦੇ ਵਿੱਚ ਫਸੇ ਨੇ,
ਸਾਡੇ ਹੱਕ 'ਚ ਹੋਇਆ ਸਾਰਾ ਕੁਛ। ਡਾਇਰੈਕਟਰ ਸਾਹਿਬ ਦੀ ਜੋ ਰਿਪੋਰਟ ਆਈ ਹੈ ਜੀ ਉਹਦੇ ਵਿੱਚ ਇਹ ਦੋਸ਼ੀ ਕਰਾਰ ਹੋਇਆ, ਉਹ ਪ੍ਰਸ਼ਾਸਨ ਨੇ ਸਾਰੀ ਕਾਰਵਾਈ ਕਰੀ। ਜਿਹੜੀਆਂ ਧਮਕੀਆਂ ਵਾਲੀ ਗੱਲ ਕਰਦੇ ਵੀ ਸਾਨੂੰ ਘੇਰਦੇ ਜਾਂ ਕੁਛ, ਉਲਟ ਜੀ ਸਾਨੂੰ ਘੇਰਦੇ ਨੇ, ਠੀਕ ਆ ਜੀ, ਜਿੱਥੇ ਵੀ ਮਿਲਦੇ ਨੇ ਧਮਕੀਆਂ ਦਿੰਦੇ, ਅਸੀਂ ਤੁਹਾਨੂੰ ਵੀਡੀਓ ਤੱਕ ਮਤਲਬ ਵਾਇਰਲ ਕਰ ਦਾਂਗੇ, ਪਰ ਸਾਡੇ ਨਾਲ ਹੀ ਇਹ ਸਾਨੂੰ ਘੇਰਦਾ ਜੀ, ਸਾਡਾ ਕੋਈ, ਅਸੀਂ ਤਾਂ ਬੱਚਿਆਂ ਜੀ ਵੱਡੇ ਵੱਡੇ ਨੇ। ਇੱਕ ਆਮ ਪਾਰਟੀ ਜੇ ਲਾਉਣ ਦੀ ਗੱਲ ਕਰਦੇ ਗਏ ਪਾਰਟੀ ਜੇ ਲਾਉਣ, ਨਹੀਂ ਜੀ ਇੱਦਾਂ ਦੀ ਕੋਈ ਗੱਲ ਨਹੀਂ। ਆਮ ਆਦਮੀ ਪਾਰਟੀ ਜੇ ਲਾਉਣ ਦੀ ਗੱਲ ਤਾਂ ਆਪਾਂ ਤਾਂ ਕਰੀਏ, ਜੇ ਆਮ ਆਦਮੀ ਪਾਰਟੀ 'ਚ ਆਏ ਨਾ ਹੋਣ, ਜੋ ਪ੍ਰਿਤਪਾਲ ਸਿੰਘ ਜੀ ਨੇ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੇ ਬ੍ਰਦਰ ਨੇ ਸਕੇ, ਹੁਣ ਨਾਲ ਰਹਿੰਦੇ ਨੇ 24 ਘੰਟੇ, ਤੇ ਉਹ ਆਮ ਆਦਮੀ ਪਾਰਟੀ 'ਚੋਂ ਕੱਢੇ ਗਏ ਨੇ ਜੀ। ਉਹਨਾਂ ਦੇ ਦੋਸ਼ ਲੱਗੇ ਨੇ ਕਿ ਉਹ ਪੈਸੇ ਲੈਂਦੇ ਸੀ ਜਾਂ ਪੁੱਠੇ ਸਿੱਧੇ ਕੰਮ ਕਰਾਉਂਦੇ ਸੀ, ਤੇ ਉਹ ਆਮ ਆਦਮੀ ਪਾਰਟੀ 'ਚੋਂ ਕੱਢੇ ਗਏ ਨੇ, ਸ਼ਾਮਲ ਤਾਂ ਕਰੀ ਨਾ ਜੇ ਕੱਢੇ ਨਾ ਹੋਣ। ਉਹ ਕਹਿੰਦੇ ਕਿ ਰਾਜਨੀਤਿਕ MLA ਦੇ ਦਬਾਅ ਕਾਰਨ ਸਾਡੇ, ਇਹ ਜੀ ਕੋਈ ਗੱਲ ਨਹੀਂ ਜੀ, ਹੈ ਰਾਜਨੀਤਿਕ ਕੋਈ ਦਬਾਅ ਨਹੀਂ, ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰੀ ਆ ਤੇ ਉਹਨਾਂ ਦੇ ਜੋ ਸਿੱਧ ਹੋਇਆ ਉਹਨਾਂ ਨੇ ਆਪਣੀ ਕਾਰਵਾਈ ਕਰ ਲਈ। ਤਹਿਸੀਲਦਾਰ ਸਾਹਿਬ ਵੱਲੋਂ ਨਾ ਕਿਸੇ ਜ਼ਮੀਨ ਦੀ ਨਿਲਾਮੀ ਕਰਾਈ ਜਾਣੀ ਸੀਗੀ, ਪਿੰਡ ਦੇ ਵਿੱਚ ਗਏ ਸੀ, ਉੱਥੇ ਨਿਲਾਮੀ ਹੋਈ ਨਹੀਂ ਗੀ, ਤੇ ਸਾਡੇ ਕੋਲ ਤਾਂ ਸਿਕਿਉਰਟੀ ਮੰਗੀ ਸੀ ਇਹਨਾਂ ਨੇ, ਤਹਿਸੀਲਦਾਰ ਸਾਹਿਬ ਮਾਣਯੋਗ DC ਸਾਹਿਬ ਕਰਨੀ ਹੋਈ, SSP ਸਾਹਿਬ ਕਰਨੀ ਹੋਈ, ਸਾਨੂੰ ਹੁਕਮ ਹੋਇਆ ਸੀ ਵੀ ਜਦੋਂ ਵੀ ਤਹਿਸੀਲਦਾਰ ਸਾਹਿਬ ਸਿਕਿਉਰਟੀ ਮੰਗੇ ਤੇ ਉਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰੋ। ਤੇ ਉਹਦੇ ਲਈ ਅਸੀਂ ਜਦੋਂ ਵੀ ਮੰਗਣਗੇ ਜਾਂ ਮੰਗੀ ਸੀ, ਕੱਲ੍ਹ ਵੀ ਅਸੀਂ ਗਏ ਸੀ ਤਹਿਸੀਲਦਾਰ ਸਕੀਮਸ BDPO ਸਾਹਿਬ ਦਫ਼ਤਰ, ਤੇ ਜੇ ਅੱਗੇ ਨੂੰ ਮੰਗਣਗੇ ਤਾਂ ਮਾਣਯੋਗ DC ਸਾਹਿਬ ਦਾ SSP ਸਾਹਿਬ ਦਾ ਫੋਨ ਤਾਂ ਪੁੱਛਾਵਾਂਗੇ। ਕਹਿੰਦੇ ਸਾਡੇ ਤਾਂ ਹਾਈਕੋਰਟ ਸਾਡਾ ਮਾਮਲਾ ਚੱਲਦਾ ਸੀ, ਹਾਈਕੋਰਟ ਦੇ ਬਾਅਦ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦਾ ਕੰਮ, ਸਾਡਾ ਕੋਈ ਨਹੀਂ ਹੈਗਾ ਇਹਦੇ ਵਿੱਚ, ਉਹ ਮਾਣਯੋਗ ਕੋਰਟ ਨੇ ਦੇਖਣਾ ਜਾਂ ਤਹਿਸੀਲਦਾਰ ਸਾਹਿਬ HDM ਸਾਹਿਬ ਨੇ ਦੇਖਣਾ, ਨਿਲਾਮੀ ਦਾ ਸਾਡੇ ਨਾਲ ਕੋਈ ਮਤਲਬ ਨਹੀਂ, ਸਾਡਾ ਕੰਮ ਤਾਂ ਲਾਅ ਐਂਡ ਆਰਡਰ ਦੇਖਣਾ ਹੈ। ਸੋ ਜਿੱਥੇ ਪ੍ਰਸ਼ਾਸਨ ਵੱਲੋਂ ਲੋੜ ਹੋਏਗੀ DC ਸਾਹਿਬ ਕਰਨੀ, ਉਹ SDM ਸਾਹਿਬ ਕਰਨ, ਉੱਥੇ ਸਾਨੂੰ ਸਿਕਿਉਰਟੀ ਪ੍ਰੋਵਾਈਡ ਕਰਾਉਣੀ ਹੈ। ਬੋਲੀ ਕਰਾਉਣ ਦਾ ਸਾਡਾ ਕੋਈ ਮੈਟਰ ਨਹੀਂ, ਨਾ ਕੋਈ ਅਸੀਂ ਬੋਲੀ ਕਰਾਈ ਹੈ, ਨਾ ਧੱਕਾ ਕੀਤਾ ਸਾਡੇ ਕਾਹਦੇ ਵਾਸਤੇ, ਸਾਨੂੰ ਬੋਲੀ ਵਿੱਚ ਸ਼ਾਮਲ। ਉਹ ਪੁਲਿਸ ਦਾ ਕੰਮ ਹੀ ਨਹੀਂ ਜੀ ਬੋਲੀ ਕਰਾਉਣ ਦਾ ਜਾਂ ਸ਼ਾਮਲ ਕਰਾਉਣ ਦਾ, ਉਹ ਤਹਿਸੀਲਦਾਰ ਸਾਹਿਬ ਦਾ ਕੰਮ ਹੈ, ਕਿਹੜੀਆਂ ਪਾਰਟੀਆਂ ਨੂੰ ਸ਼ਾਮਲ ਕਰਨਾ ਤੇ ਬੋਲੀ ਕਰਾਉਣੀ ਹੈ ਤੇ ਕਦੋਂ ਕਰਾਉਣੀ, ਸਾਡਾ ਕੰਮ ਨਹੀਂ ਹੈ ਕਿਸੇ ਨੂੰ ਸ਼ਾਮਲ ਕਰਨਾ ਜਾਂ ਕਿਸੇ ਨੂੰ ਬਾਹਰ ਕੱਢਣਾ। ਇੱਕ MLA ਦੇ ਵੀ ਦੋਸ਼ ਲਾ ਰਹੇ ਨੇ, MLA ਤੇ ਵੀ ਰਾਜਨੀਤਿਕ ਪ੍ਰੈਸ਼ਰ ਨਾਲ ਇਹ ਪੁੱਛ, ਮੈਂ ਕੀ ਦੱਸ ਸਕਦਾ ਉਹਦੇ ਵਾਸਤੇ ਕੀ ਕਹਿੰਦੇ ਨੇ, ਕੌਣ ਕੀ ਕਹਿੰਦਾ, ਸਾਡਾ ਕੰਮ ਤਾਂ ਲਾਅ ਐਂਡ ਆਰਡਰ ਦੇਖਣਾ, ਸੋ ਅਸੀਂ ਲਾਅ ਐਂਡ ਆਰਡਰ ਹੀ ਦੇਖਿਆ ਹੈਗਾ, ਤੇ ਜਦੋਂ ਗਾਹ ਨੂੰ ਵੀ ਲੋੜ ਪਏਗੀ ਤਾਂ ਉਹ ਵੀ ਜਾਣਾ, ਜਿਹੜਾ ਧੱਕਾ ਵਾਲਾ ਕੋਈ ਸਾਡੇ ਵੱਲੋਂ ਕਿਸੇ ਨਾਲ ਕੀਤੀ ਨਹੀਂ ਗਈ ਨਾ।